ਜਦੋਂ ਜੇਬ ਡੇਲੀ ਹਲਕਾ ਹੋਵੇ ਤੇ ਆਟੋਮੈਟਿਕ ਹੀ ਦਿਮਾਗ ਦੇ ਵਿੱਚ ਆ ਜਾਂਦਾ ਵੀ ਕੁਛ ਨਾ ਕੁਛ ਆਪਾਂ ਸੋਚੀਏ। ਉਸੇ ਤਰ੍ਹਾਂ ਮੇਰਾ ਵੀ ਮਤਲਬ ਜੇਬ ਦੇ ਵਿੱਚ ਭਾਰੀ ਲੋਡ ਪੈਂਦਾ ਸੀ, ਉਸ ਕਾਰਨ ਮੈਂ ਸੋਚਿਆ ਵੀ ਆਪਾਂ ਇਲੈਕਟ੍ਰਿਕ ਵਹੀਕਲ ਦਾ ਸੋਚੀਏ। ਪਰ ਆਪਾਂ ਜਦੋਂ ਦੇਖਿਆ ਤੇ ਰੇਟ ਬਹੁਤ ਜ਼ਿਆਦਾ ਸੀਗੇ, ਤੇ ਆਪਾਂ ਆਪਣੇ ਕੋਲ ਆਪਣੀ ਘਰ ਪਈ ਹੀ ਆਪਾਂ ਵਧੀਆ ਸਮਾਨ ਮੰਗਾ ਕੇ ਉਹ ਬੜੇ ਬੜੇ ਹੀ ਘੱਟ ਪੈਸਿਆਂ 'ਚ ਤਿਆਰ ਕਰ ਲਈ ਆ। ਕਿੰਨਾ ਸਮਾਂ ਹੋ ਗਿਆ ਤਿਆਰ ਕਰਵਾਏ? ਇਹ ਸਰ 3 ਸਾਲ ਹੋ ਗਿਆ ਮੈਨੂੰ ਤਿਆਰ ਕਰਾਏ ਦੇ। ਕੀ ਠੀਕ ਚੱਲਦੀ ਹੈਗੀ ਹੈ? ਹਾਂਜੀ, ਕਦੇ ਪ੍ਰੋਬਲਮ ਨਹੀਂ ਆਈ ਅੱਜ ਤੱਕ। ਤੇ ਕੀ ਫਰਕ ਕੀ ਹੈ ਜਿਹੜੀ ਬਜ਼ਾਰੋਂ ਸਕੂਟੀ ਮਿਲਦੀ ਹੈ ਨਵੀਂ ਔਰ ਇਹ 'ਚ ਕੀ ਫਰਕ ਹੈ? ਬਾਜ਼ਾਰ ਦਾ ਦੀਦਾ ਸਰ ਇਹ ਹੈ ਵੀ ਉਹਨਾਂ ਦੀ ਬੈਟਰੀ ਕੰਟਰੋਲਰ ਉੱਤੇ ਤੇ ਲਿਖਿਆ ਹੁੰਦਾ, ਲੇਕਿਨ ਉਹ ਉਸ ਕਿੰਨਾ ਸੱਚ ਹੈ ਇਹ ਲੋਕ ਜਾਣਦੇ ਹਨ ਕਿ ਬਿਲਕੁਲ ਸਹੀ ਹੈ ਕਿ ਨਹੀਂ ਹੈ। ਇਹ ਕਿੰਨੇ ਕਿਲੋਮੀਟਰ ਚੱਲ ਪੈਂਦੀ ਹੈ ਇੱਕ ਵਾਰੀ ਚਾਰਜ ਕਰਾਂ? ਇਹ ਸਰ ਇੱਕ ਵਾਰੀ ਫੁੱਲ ਚਾਰਜਿੰਗ ਤੇ ਤਕਰੀਬਨ 80 ਤੋਂ ਪਲੱਸ ਹੀ ਚੱਲਦੀ ਹੈ, ਘੱਟ ਨਹੀਂ ਚੱਲਦੀ। ਕਦੀ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਹੋਏ ਵੀ ਰਲ ਕੇ ਕੰਮ ਕਰੀਏ, ਜਾਂ ਸਰਕਾਰ ਵੱਲੋਂ ਕੋਈ ਤੁਸੀਂ ਮਦਦ ਮੰਗੀ ਹੋਏ? ਅਸੀਂ ਦੇਖੋ ਕੰਮ ਵਾਸਤੇ ਲੋਕੀ ਮੇਰੇ ਕੋਲ ਆਉਂਦੇ ਨੇ, ਕਹਿੰਦੇ ਆ ਵੀ ਸਾਡੀ ਤਿਆਰ ਕਰ ਦਿਓ ਸਾਡੀ, ਲੇਕਿਨ ਗੱਲ ਇਹ ਹੈ ਵੀ ਮੈਂ ਆਪਣੀ ਨੌਕਰੀ ਦੇ ਵਿੱਚ ਟਾਈਮ ਨਹੀਂ ਦੇ ਸਕਦਾ ਉਹਨਾਂ ਨੂੰ। ਤੇ ਜੇ ਮੈਂ ਇਸ ਤਰ੍ਹਾਂ ਦਾ ਅਗਰ ਮੈਂ ਕੰਮ ਕਰਾਂ ਤੇ ਮੇਰੇ ਕੋਲ ਟਾਈਮ ਨਹੀਂ ਮਿਲਦਾ ਮੈਨੂੰ, ਇਸ ਕਰਕੇ ਅਜੇ ਹੈ ਨੌਕਰੀ, ਨੌਕਰੀ ਦੇ ਬਾਅਦ 'ਚ ਸੋਚਾਂਗੇ ਆਪਾਂ। ਬਾਕੀ ਗੌਰਮੈਂਟ ਨੂੰ ਮੈਂ ਇਹ ਜ਼ਰੂਰ ਕਹਾਂਗਾ ਵੀ ਚਲੋ ਕੋਈ ਵੀ ਇਨਸਾਨ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਜਿਹਦੇ 'ਤੇ ਲੋਕਾਂ ਦਾ ਭਲਾ ਹੁੰਦਾ, ਉਹ ਬਹੁਤ ਘੱਟ ਪੈਸੇ ਲਾ ਕੇ ਚੀਜ਼ ਤਿਆਰ ਹੋ ਜਾਂਦੀ ਹੈ, ਤਾਂ ਉਹਨਾਂ ਪਾਸੇ ਗੌਰਮੈਂਟ ਧਿਆਨ ਦੇਵੇ। ਜਦੋਂ ਜੇਬ ਡੇਲੀ ਹਲਕਾ ਹੋਵੇ ਤੇ ਆਟੋਮੈਟਿਕ ਹੀ ਦਿਮਾਗ ਦੇ ਵਿੱਚ ਆ ਜਾਂਦਾ ਵੀ ਕੁਛ ਨਾ ਕੁਛ ਆਪਾਂ ਸੋਚੀਏ। ਉਸੇ ਤਰ੍ਹਾਂ ਮੇਰਾ ਵੀ ਮਤਲਬ ਜੇਬ ਦੇ ਵਿੱਚ ਭਾਰੀ ਲੋਡ ਪੈਂਦਾ ਸੀ, ਉਸ ਕਾਰਨ ਮੈਂ ਸੋਚਿਆ ਵੀ ਆਪਾਂ ਇਲੈਕਟ੍ਰਿਕ ਵਹੀਕਲ ਦਾ ਸੋਚੀਏ। ਪਰ ਆਪਾਂ ਜਦੋਂ ਦੇਖਿਆ ਤੇ ਰੇਟ ਬਹੁਤ ਜ਼ਿਆਦਾ ਸੀਗੇ, ਤੇ ਆਪਾਂ ਆਪਣੇ ਕੋਲ ਆਪਣੀ ਘਰ ਪਈ ਹੀ ਆਪਾਂ ਵਧੀਆ ਸਮਾਨ ਮੰਗਾ ਕੇ ਉਹ ਬੜੇ ਬੜੇ ਹੀ ਘੱਟ ਪੈਸਿਆਂ 'ਚ ਤਿਆਰ ਕਰ ਲਈ ਆ। ਕਿੰਨਾ ਸਮਾਂ ਹੋ ਗਿਆ ਤਿਆਰ ਕਰਵਾਏ? ਇਹ ਸਰ 3 ਸਾਲ ਹੋ ਗਿਆ ਮੈਨੂੰ ਤਿਆਰ ਕਰਾਏ ਦੇ। ਕੀ ਠੀਕ ਚੱਲਦੀ ਹੈਗੀ ਹੈ? ਹਾਂਜੀ, ਕਦੇ ਪ੍ਰੋਬਲਮ ਨਹੀਂ ਆਈ ਅੱਜ ਤੱਕ। ਤੇ ਕੀ ਫਰਕ ਕੀ ਹੈ ਜਿਹੜੀ ਬਜ਼ਾਰੋਂ ਸਕੂਟੀ ਮਿਲਦੀ ਹੈ ਨਵੀਂ ਔਰ ਇਹ 'ਚ ਕੀ ਫਰਕ ਹੈ? ਬਾਜ਼ਾਰ ਦਾ ਦੀਦਾ ਸਰ ਇਹ ਹੈ ਵੀ ਉਹਨਾਂ ਦੀ ਬੈਟਰੀ ਕੰਟਰੋਲਰ ਉੱਤੇ ਤੇ ਲਿਖਿਆ ਹੁੰਦਾ, ਲੇਕਿਨ ਉਹ ਉਸ ਕਿੰਨਾ ਸੱਚ ਹੈ ਇਹ ਲੋਕ ਜਾਣਦੇ ਹਨ ਕਿ ਬਿਲਕੁਲ ਸਹੀ ਹੈ ਕਿ ਨਹੀਂ ਹੈ। ਇਹ ਕਿੰਨੇ ਕਿਲੋਮੀਟਰ ਚੱਲ ਪੈਂਦੀ ਹੈ ਇੱਕ ਵਾਰੀ ਚਾਰਜ ਕਰਾਂ? ਇਹ ਸਰ ਇੱਕ ਵਾਰੀ ਫੁੱਲ ਚਾਰਜਿੰਗ ਤੇ ਤਕਰੀਬਨ 80 ਤੋਂ ਪਲੱਸ ਹੀ ਚੱਲਦੀ ਹੈ, ਘੱਟ ਨਹੀਂ ਚੱਲਦੀ। ਕਦੀ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਹੋਏ ਵੀ ਰਲ ਕੇ ਕੰਮ ਕਰੀਏ, ਜਾਂ ਸਰਕਾਰ ਵੱਲੋਂ ਕੋਈ ਤੁਸੀਂ ਮਦਦ ਮੰਗੀ ਹੋਏ? ਅਸੀਂ ਦੇਖੋ ਕੰਮ ਵਾਸਤੇ ਲੋਕੀ ਮੇਰੇ ਕੋਲ ਆਉਂਦੇ ਨੇ, ਕਹਿੰਦੇ ਆ ਵੀ ਸਾਡੀ ਤਿਆਰ ਕਰ ਦਿਓ ਸਾਡੀ, ਲੇਕਿਨ ਗੱਲ ਇਹ ਹੈ ਵੀ ਮੈਂ ਆਪਣੀ ਨੌਕਰੀ ਦੇ ਵਿੱਚ ਟਾਈਮ ਨਹੀਂ ਦੇ ਸਕਦਾ ਉਹਨਾਂ ਨੂੰ। ਤੇ ਜੇ ਮੈਂ ਇਸ ਤਰ੍ਹਾਂ ਦਾ ਅਗਰ ਮੈਂ ਕੰਮ ਕਰਾਂ ਤੇ ਮੇਰੇ ਕੋਲ ਟਾਈਮ ਨਹੀਂ ਮਿਲਦਾ ਮੈਨੂੰ, ਇਸ ਕਰਕੇ ਅਜੇ ਹੈ ਨੌਕਰੀ, ਨੌਕਰੀ ਦੇ ਬਾਅਦ 'ਚ ਸੋਚਾਂਗੇ ਆਪਾਂ। ਬਾਕੀ ਗੌਰਮੈਂਟ ਨੂੰ ਮੈਂ ਇਹ ਜ਼ਰੂਰ ਕਹਾਂਗਾ ਵੀ ਚਲੋ ਕੋਈ ਵੀ ਇਨਸਾਨ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਜਿਹਦੇ 'ਤੇ ਲੋਕਾਂ ਦਾ ਭਲਾ ਹੁੰਦਾ, ਉਹ ਬਹੁਤ ਘੱਟ ਪੈਸੇ ਲਾ ਕੇ ਚੀਜ਼ ਤਿਆਰ ਹੋ ਜਾਂਦੀ ਹੈ, ਤਾਂ ਉਹਨਾਂ ਪਾਸੇ ਗੌਰਮੈਂਟ ਧਿਆਨ ਦੇਵੇ।